ਸਸ਼ਿਕਾਸ ਸਕਾਈ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਮਮਤਾ ਤੁਹਾਡੇ ਨਾਲ ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇ ਵਾਲਾ ਕਤਲਕਾਂਡ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸੀ ਕਿ ਚਸ਼ਮਦੀਦਾਂ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਇੱਕ ਹੋਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਇਲਾਜ ਨੇ ਚਸ਼ਮਦੀਦ ਹੁਣ ਉਹਨਾਂ ਦੀ ਸੁਰੱਖਿਆ ਜਿਹੜੀ ਆ ਵਧਾ ਦਿੱਤੀ ਗਈ ਹੈ ਤੇ ਕਰੜੇ ਇੰਤਜ਼ਾਮ ਕੀਤੇ ਗਏ ਨੇ ਸਿੱਧੂ ਮੂਸੇ ਵਾਲਾ ਦਾ ਜਦੋਂ ਕਤਲ ਹੋਇਆ ਸੀ ਉਸ ਦੌਰਾਨ ਉਸ ਦੇ ਨਾਲ ਉਸਦੇ ਕੁਝ ਦੋਸਤ ਮੌਜੂਦ ਸੀ ਉਹ ਵੀ ਫਿਲਹਾਲ ਜਿਹੜੇ ਇਲਾਜ ਨੇ ਜਿਨ੍ਹਾਂ ਦੀ ਜਿਹੜੀ ਸੁਰੱਖਿਆ ਆ ਉਹ ਵਧਾ ਦਿੱਤੀ ਗਈ ਹੈ ਪੁਲਿਸ ਵੱਲੋਂ ਤਾਂ ਲੁਧਿਆਣਾ ਦੇ DMC ਹਸਪੀਟਲ ਦੇ ਵਿੱਚ ਗੁਰਪ੍ਰੀਤ ਤੇ ਗੁਰਵਿੰਦਰ ਸਿੱਧੂ ਮੂਸੇ ਵਾਲਾ ਦੇ ਜਿਹੜੇ ਦੋਸਤ ਸੀ ਉਹ ਜਿਹੜੇ ਇਲਾਜ 'ਚ ਨੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਖਾਸ ਤੌਰ 'ਤੇ ਵਾਰਡ ਦੇ ਵਿੱਚ ਕਿਸੇ ਨੂੰ ਵੀ ਜਾਣ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਕਿਤੇ ਨਾ ਕਿਤੇ ਸਖ਼ਤ ਨਜ਼ਰ ਆ ਰਹੀ ਹੈ ਸਰਕਾਰ ਅਤੇ ਨਾਲ ਹੀ ਪੁਲਿਸ ਕਿਉਂਕਿ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਸੀ ਸੁਰੱਖਿਆ ਨੂੰ ਲੈ ਕੇ ਤਾਂ ਖਾਸ ਤੌਰ 'ਤੇ ਜਿੱਥੇ ਕਿ ਵਿਰੋਧੀਆਂ ਵੱਲੋਂ ਇਸ ਸਿਕਿਉਰਿਟੀ ਦੇ ਮੈਟਰ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਘੇਰੇ ਗਏ ਉੱਥੇ ਹੀ ਆਮ ਲੋਕਾਂ ਦਾ ਗੁੱਸਾ ਵੀ ਇਸ ਨੂੰ ਲੈ ਕੇ ਫੁੱਟਦਾ ਨਜ਼ਰ ਆਇਆ ਖਾਸ ਤੌਰ 'ਤੇ ਉਹਨਾਂ ਸਵਾਲ ਚੱਕੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਕਿ ਜੇਕਰ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਜਿਹੜੀ ਆ ਉਹ ਨਾ ਲਈ ਜਾਂਦੀ ਸ਼ਾਇਦ ਅਜਿਹਾ ਭਾਣਾ ਨਾ ਹੀ ਵਾਪਰਦਾ ਤਾਂ ਬੀਤੇ ਕੱਲ੍ਹ ਅਸੀਂ ਤਸਵੀਰਾਂ ਦੇਖੀਆਂ ਸੀ ਬੇਹੱਦ ਭਾਵੁਕ ਕਰਨ ਵਾਲੀਆਂ ਤਸਵੀਰਾਂ ਸੀ ਜਿਸ ਦੇ ਵਿੱਚ ਮਾਂ ਦੇ ਹੰਝੂ ਅਤੇ ਪਿਓ ਦੀਆਂ ਤਾਹਾਂ ਦੇਖ ਕੇ ਹਰ ਕਿਸੇ ਦਾ ਦਿਲ ਝੰਜੋੜਿਆ ਜਾ ਰਿਹਾ ਸੀ ਤਾਂ ਹਰ ਕੋਈ ਇਸ ਨੂੰ ਤਸਵੀਰਾਂ ਨੂੰ ਲੈ ਕੇ ਭਾਵੁਕ ਹੋ ਰਿਹਾ ਸੀ ਕਿਤੇ ਨਾ ਕਿਤੇ ਹਜੇ ਤੱਕ ਵੀ ਲੋਕਾਂ ਨੂੰ ਯਕੀਨ ਕਰਨਾ ਵੀ ਮੁਸ਼ਕਿਲ ਹੈ ਕਿ ਇਹ ਸਭ ਕੁਝ ਕਿਵੇਂ ਵਾਪਰ ਗਿਆ ਪਰ ਇਸ ਵੇਲੇ ਦੀ ਜੋ ਖਬਰ ਆ ਉਹ ਇਹ ਹੈ ਕਿ ਚਸ਼ਮਦੀਦਾਂ ਨੂੰ ਲੈ ਕੇ ਕਿਤੇ ਨਾ ਕਿਤੇ ਸੁਰੱਖਿਆ ਦੇ ਇੰਤਜ਼ਾਮ ਜਿਹੜੇ ਉਹ ਕਰੜੇ ਕੀਤੇ ਜਾ ਰਹੇ ਨੇ ਤਾਂ DMC ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ ਗੁਰਪ੍ਰੀਤ ਅਤੇ ਗੁਰਵਿੰਦਰ ਸਿੱਧੂ ਮੂਸੇਵਾਲਾ ਦੇ ਦੋਸਤ ਨੇ ਉਸ ਸਮੇਂ ਜਦੋਂ ਫਾਇਰਿੰਗ ਹੋਈ ਸੀ ਉਸ ਸਮੇਂ ਸਿੱਧੂ ਮੂਸੇਵਾਲਾ ਦੇ ਨਾਲ ਮੌਜੂਦ ਸੀ ਉਹਨਾਂ ਦੇ ਉੱਤੇ ਵੀ ਫਾਇਰਿੰਗ ਹੋਈ ਸੀ ਤਾਂ ਹੁਣ ਜ਼ੇਰੇ ਇਲਾਜ ਨੇ ਇਸ ਬਾਬਤ ਡਾਕਟਰ ਨੇ ਹੋਰ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਰਾਤੀ ਸਾਡੇ ਕੋਲ ਦੋ ਪੇਸ਼ੈਂਟ ਅਸੀਂ ਰਿਸੀਵ ਕੀਤੇ ਸੀ ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਦੋ ਪੇਸ਼ੈਂਟਸ ਹੈ ਜਿਹੜੇ ਕਿ ਮਲਟੀਪਲ ਬੁਲਟ ਇੰਜਰੀਜ਼ ਦੇ ਨਾਲ ਅਸੀਂ ਕੱਲ੍ਹ ਈਵਨਿੰਗ 'ਚ ਰਿਸੀਵ ਕੀਤੇ ਸੀਗੇ ਜਦੋਂ ਪੇਸ਼ੈਂਟ ਆਏ ਸੀਗੇ ਤਾਂ ਕਾਫੀ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਸੀਗੇ ਠੀਕ ਹੈ ਨਾ ਕਾਫੀ ਉਹਨਾਂ ਦਾ ਬਲੱਡ ਲੋਸ ਹੋਇਆ ਸੀ ਮਲਟੀਪਲ ਬੁਲਟ ਇੰਜਰੀਜ਼ ਸੀਗੀਆਂ ਅਤੇ ਕਾਫੀ ਕ੍ਰਿਟੀਕਲ ਕੰਡੀਸ਼ਨ ਸੀਗੇ ਪਰ ਹੁਣ ਅਸੀਂ ਸਾਰੀ ਉਹਨਾਂ ਨੂੰ ਬਲੱਡ ਵਗੈਰਾ ਟ੍ਰਾਂਸਫਿਊਜ਼ ਕੀਤਾ ਹੈਗਾ ਉਹਨਾਂ ਦੀ ਸਾਰੀ ਰੀਸਸੀਕੇਸ਼ਨ ਕੀਤੀ ਹੈਗੀ ਹੈ ਤਾਂ ਉਦੋਂ ਬਾਅਦ ਹੁਣ ਜਿਹੜੀ ਕੰਡੀਸ਼ਨ ਹੈ ਐਟ ਦਾ ਮੂਮੈਂਟ ਜਿਹੜੀ ਪੇਸ਼ੈਂਟਸ ਦੀ ਦੋਨਾਂ ਦੀ ਸਟੇਬਲ ਹੈਗੀ ਹੈ ਬਟ ਫ੍ਰੈਕਚਰਸ ਕਾਫੀ ਜ਼ਿਆਦਾ ਹੈਗੇ ਆ ਬੁਲਟ ਇੰਜਰੀਜ਼ ਜਿਹੜੀਆਂ ਹੈਗੀਆਂ ਉਹ ਹੱਡੀਆਂ ਦੇ ਉਹਨਾਂ ਨੇ ਕਾਫੀ ਪੀਸਿਸ ਕਰਤੇ ਹੈਗੇ ਜਿਹੜੇ ਬੁਲਟ ਇੰਜਰੀ ਬੁਲਟ ਕਾਫੀ ਵੱਜੀ ਹੈ ਸਿੱਧੀ ਬੋਨਸ ਦੇ ਵਿੱਚ ਵੱਜੀ ਹੋਈ ਹੈ ਤਾਂ ਉਹਨਾਂ ਦਾ ਜਿਹੜੀ ਹੱਡੀਆਂ ਦੇ ਕਾਫੀ ਮਲਟੀਪਲ ਪੀਸਿਸ ਕਰਤੇ ਹੈਗੇ ਨਹੀਂ ਜਿਹੜੀਆਂ ਗੋਲੀਆਂ ਉਹ ਅਸੀਂ ਇਵੇਂ ਨਹੀਂ ਦੱਸ ਸਕਦੇ ਗੇ ਉਹ ਤਾਂ ਅਸੀਂ ਅਖਬਾਰ 'ਚ ਜਾਂ ਉੱਥੇ ਨਿਊਜ਼ 'ਚ ਦੇਖ ਰਹੇ ਹਾਂ ਕਿ ਕਿਹੜੀ ਇਹ ਤਾਂ ਜਦੋਂ ਬੁਲਟ ਨਿਕਲਦੀ ਆ ਉਹਦਾ ਜਦੋਂ ਅਨੈਲਿਸਿਸ ਹੁੰਦਾ ਵੈ ਉਹਦੀ ਪਤਾ ਲੱਗਦਾ ਵੈ ਇਵੇਂ ਆਪਾਂ ਨਹੀਂ ਦੇਖ ਕੇ ਦੱਸ ਸਕਦੇ ਕਿ ਕਿਹੜੀ ਬੁਲਟ ਹੈ ਕਿ ਰਿਵੋਲਵਰ ਦੀ ਹੈ ਜਾਂ ਕਿਸੇ ਹੋਰ ਗਨ ਦੀ ਹੈ ਨਹੀਂ ਨਹੀਂ ਜਿਹੜੇ ਗੁਰਪ੍ਰੀਤ ਹੈਗੇ ਆ ਉਹਨਾਂ ਦੀ ਐਲਬੋ ਵਾਲੇ ਜਿਹੜੇ ਗੁਰਪ੍ਰੀਤ ਹੈਗੇ ਆ ਜਿਹੜੇ ਉਹਨਾਂ ਦੇ ਜਿਹੜੀ ਇੱਕ ਬੁਲਟ ਹੈ ਉਹ ਐਲਬੋ 'ਤੇ ਲੱਗੀ ਹੈ ਅਤੇ ਉਹਦੇ ਐਲਬੋ ਉਹਨਾਂ ਨੇ ਕਾਫੀ ਜ਼ਿਆਦਾ ਡੈਮੇਜ ਕੀਤੀ ਹੈ ਪਲੱਸ ਇੱਕ ਜਿਹੜੀ ਬੁਲਟ ਆ ਉਹਨਾਂ ਦੀ ਥਾਈ ਦੇ ਵਿੱਚ ਲੱਗੀ ਪੱਟ ਦੇ ਵਿੱਚ ਥਾਈ ਦੇ ਵਿੱਚ ਠੀਕ ਹੈ ਜਿਹੜੇ ਦੂਸਰੇ ਪੇਸ਼ੈਂਟ ਹੈਗੇ ਆ ਉਹਨਾਂ ਦੀ ਜਿਹੜੀ ਇੱਕ ਬੁਲਟ ਹੈਗੀ ਹੈ ਜਿਹੜੀਆਂ ਵੀ ਹੈ ਉਹ ਇੱਥੇ ਬਾਜੂ ਦੇ ਵਿੱਚ ਲੱਗੀ ਉਹਦੇ 'ਚ ਬਾਜੂ ਦੇ ਕਰਕੇ ਉਹਨਾਂ ਬਾਜੂ ਨੂੰ ਵੀ ਸਾਰਾ ਓਪਨ ਕਰਤਾ ਅਤੇ ਉਹਦੇ ਨਾਲ ਮਲਟੀਪਲ ਜਿਹੜੇ ਫ੍ਰੈਕਚਰ ਵੀ ਕਰਤੇ ਬਾਜੂ ਦੇ ਵਿੱਚ ਆਮ ਦੇ ਵਿੱਚ ਨਹੀਂ ਅਜੇ ਤਾਂ ਹੁਣ ਉਹਨਾਂ ਨੂੰ ਬਸ ਹੁਣ ਉਹ ਸਟੇਬਲ ਹੋਏ ਹਾਂ ਤਾਂ ਅਸੀਂ ਹੋਰ 1-2 ਘੰਟੇ ਦੇ ਵਿੱਚ ਉਹਨਾਂ ਨੂੰ ਓਪਰੇਸ਼ਨ ਥੀਏਟਰ ਦੇ ਵਿੱਚ ਲੈ ਕੇ ਜਾ ਰਹੇ ਹੈਗੇ ਅਤੇ ਓਪਰੇਸ਼ਨ ਦੋਨਾਂ ਦਾ ਹੀ ਜਿਹੜੀ ਉਹਨਾਂ ਦੀ ਸਾਰੇ ਜੋ ਵੀ ਹੈ ਇਨੀਸ਼ੀਅਲ ਜਿਹੜੀ ਉਹਨਾਂ ਦਾ ਓਪਰੇਸ਼ਨ ਹੈਗਾ ਉਹ ਬਸ ਅੰਦਾਜ਼ਾ ਇਹਨਾਂ ਦਾ 1 ਆਵਰ ਜਦੋਂ ਪੇਸ਼ੈਂਟ ਥੋੜ੍ਹਾ ਸਟੇਬਲ ਹੋ ਜਾਏਗਾ ਅਤੇ ਦੋਨਾਂ ਨੂੰ ਅਸੀਂ 1 by 1 ਓਪਰੇਸ਼ਨ ਥੀਏਟਰ 'ਚ ਲੈ ਕੇ ਜਾ ਰਹੇ ਵੈਸੇ ਮਤਲਬ ਕੱਲ੍ਹ ਉਹਨਾਂ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀ ਬਲੱਡ ਲੋਸ ਬਹੁਤ ਜ਼ਿਆਦਾ ਸੀਗਾ ਬਟ ਹੁਣ ਜਿਹੜੀ ਉਹਨਾਂ ਦੀ ਕੰਡੀਸ਼ਨ ਆ ਉਹ ਕਾਫੀ ਅੱਗੇ ਨਾਲੋਂ ਬੈਟਰ ਹੋ ਗਈ ਹੈ ਉਹ ਸਟੇਬਲ ਹੈ ਇਨਫੈਕਟ ਉਹ ਸਰਜਰੀ ਵੀ ਅਸੀਂ ਨੈਚੁਰਲੀ ਉਹ ਜਦੋਂ ਪੇਸ਼ੈਂਟ ਸਟੇਬਲ ਹੁੰਦਾ ਉਦੋਂ ਬਾਅਦ ਹੀ ਅਸੀਂ ਕਰਨ ਦਾ ਪਲੈਨ ਕਰੇ ਹਾਂ ਆਪਣੇ ਕੋਲ ਇੱਥੇ DMC ਦੇ ਵਿੱਚ 2 ਜਣੇ ਹੈਗੇ ਆ ਬੁਲਟ ਇੰਜਰੀਜ਼ ਦੇ ਨਾਲ ਜਿਹੜੇ 1 ਉਹਦੇ 'ਚੋਂ ਆਏ ਹੈਗੇ ਬਾਕੀ ਜਿਹੜੀ ਹੋਸਪਿਟਲ ਮੈਨੇਜਮੈਂਟ ਹੈਗਾ ਉਹਨਾਂ ਵੱਲੋਂ ਸਪੈਸ਼ਲ ਇੰਸਟਰਕਸ਼ਨਸ ਹੈਗੀਆਂ ਵੈ ਸਾਰੀਆਂ ਟੀਮਸ ਵਗੈਰਾ ਨੂੰ ਸਪੈਸ਼ਲ ਇੰਸਟਰਕਸ਼ਨਸ ਦਿੱਤੀਆਂ ਵੀ ਹੈ ਉਹਨਾਂ ਦੀਆਂ ਜਿਹੜੀਆਂ ਵੀ ਮੈਡੀਕਲ ਫੈਸਿਲਿਟੀਜ਼ ਦੇ ਰਿਲੇਟਡ ਕੋਈ ਵੀ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ ਉਹ ਬਹੁਤ ਐਡੀਕੁਏਟਲੀ ਉਹਨਾਂ ਨੂੰ ਟੇਕਨ ਕੇਅਰ ਕੀਤਾ ਜਾ ਰਿਹਾ ਹੈਗਾ ਉਹਨਾਂ ਦੀ ਕੇਅਰ ਕੀਤੀ ਹੈ ਜਿਹੜੀ ਹੋਸਪਿਟਲ ਮੈਨੇਜਮੈਂਟ ਹੈਗੇ ਸ਼੍ਰੀ ਪ੍ਰੇਮ ਗੁਪਤਾ ਜੀ ਉਹ ਪਰਸਨਲੀ ਉਹਦੇ 'ਚ ਇਨਵੋਲਵ ਹੈਗੇ ਆ ਅਤੇ ਆਪਣੇ ਪਰਸਨਲ ਲੈਵਲ 'ਤੇ ਦੇਖ ਰੇਖ ਕਰ ਰਹੇ ਆ ਅਤੇ ਉਹਨਾਂ ਨੇ ਪੂਰੀਆਂ ਟੀਮਸ ਨੂੰ ਪ੍ਰੋਪਰ ਇੰਸਟਰਕਸ਼ਨਸ ਦਿੱਤੀਆਂ ਵੀ ਹੈਗੀਆਂ ਕਿ ਇਹਨਾਂ ਦਾ ਜਿਹੜਾ ਪ੍ਰੋਪਰ
ਇਲਾਜ ਵੀ ਹੋਏਗਾ ਐਂਡ ਬੈਸਟ ਇਲਾਜ ਹੋਏਗਾ। ਸਰ ਇੱਕ ਸਵਾਲ ਉਹੀ ਆ ਜਾਂਦਾ ਕਿ ਗੋਲੀਆਂ ਕਿੰਨੀਆਂ ਇਹਨਾਂ ਦੇ ਕਿੰਨੀਆਂ ਲੱਗੀਆਂ, ਕਿਉਂਕਿ ਦੱਸਿਆ ਜਾ ਰਿਹਾ ਸੀ 15 ਤੋਂ 20 ਗੋਲੀਆਂ ਚੱਲੀਆਂ ਨੇ, ਔਰ ਇਹਨਾਂ ਦੇ ਕਿੰਨੀਆਂ ਲੱਗੀਆਂ? ਆਪਾਂ ਜਿਹੜੀ ਨਿਊਜ਼ 'ਚ ਵੀ ਦੇਖਿਆ ਕਿ 15-20-25 ਗੋਲੀਆਂ ਚੱਲੀਆਂ ਹੈਗੀਆਂ ਵੈ, ਪਰ ਇਹਨਾਂ ਦੇ ਤਾਂ ਜਿਹੜੀ ਇੱਕ ਇੱਕ ਜਗ੍ਹਾ 'ਤੇ ਤਾਂ ਇੱਕ ਇੱਕ ਗੋਲੀ ਲੱਗੀ ਹੈ ਨਾ, ਜਿਹੜੀ ਹੁਣ ਜਿਵੇਂ ਬਾਜੂ ਆ ਉਹਦੇ 'ਚ ਮਲਟੀਪਲ ਪੀਸਿਸ ਹੈ, ਹੁਣ ਉਹ ਇੱਕ ਗੋਲੀ ਹੈ ਜਾਂ ਦੋ, ਉਹ ਜਿਹੜਾ ਤੁਸੀਂ ਐਕਸਰੇ ਤੁਹਾਨੂੰ ਫਿਰ ਨੈਕਸਟ ਉਹਦੇ 'ਤੇ ਐਕਸਰੇ ਦਿਖਾ ਦਾਂਗੇ, ਉਹਦੇ 'ਚ ਤਾਂ ਬਹੁਤ ਛੋਟੇ ਛੋਟੇ ਬਹੁਤ ਪੀਸ ਹੈਗੇ ਆ, ਜਿਵੇਂ ਉਹਦੇ 'ਚ ਛੋਟੇ ਛੋਟੇ ਘੱਟੋ ਘੱਟ 12-15 ਪੀਸ ਹੈ, ਉਹ ਇੱਕ ਬੁਲੇਟ ਦੇ ਮਲਟੀਪਲ ਪੀਸ ਹੋਏ ਆ ਜਾਂ ਦੋ ਬੁਲੇਟਸ ਆ, ਉਹਨੂੰ ਇਵੇਂ ਕਹਿਣਾ ਬੜਾ ਮੁਸ਼ਕਲ ਹੁੰਦਾ ਵੈ, ਕਿਉਂਕਿ ਉਹਦੇ 'ਚ ਆਪਾਂ ਐਕਸਰੇ ਦੇਖਾਂਗੇ ਤਾਂ ਉਹਦੇ 'ਚ ਬਹੁਤ ਸਾਰੇ ਪੀਸ ਨਜ਼ਰ ਆਉਂਦੇ ਹੈ, ਘੱਟੋ ਘੱਟ 20-25 ਪੀਸ ਨਜ਼ਰ ਆਉਂਦੇ। ਸਿਮੀਲਰਲੀ ਜਿਵੇਂ ਦੂਜਾ ਪੇਸ਼ੈਂਟ, ਉਹਦੇ 'ਚ ਚਲੋ ਇੱਕ ਥਾਈ 'ਚ ਅਲੱਗ ਹੈਗੀ ਹੈ, ਉਹਦੇ 'ਚ ਆਮ 'ਚ ਲੱਗ ਗਿਆ, ਪਰ ਉਹਦੇ ਵੀ ਆਮ ਦੇ ਵਿੱਚ ਜਿਹੜੀ ਹੈਗੀ ਮਲਟੀਪਲ ਪੀਸਿਸ ਆ, ਉਹ ਹੁਣ ਇੱਕ ਬੁਲੇਟ ਦੀਆਂ ਕਿ ਮਲਟੀਪਲ ਬੁਲੇਟਸ ਦੀਆਂ, ਉਹ ਕਹਿਣਾ ਥੋੜ੍ਹਾ ਜਿਹਾ ਐਟ ਦਾ ਮੂਵਮੈਂਟ ਮੁਸ਼ਕਲ ਹੁੰਦਾ ਵੈ, ਫਿਰ ਬਾਅਦ 'ਚ ਜਦੋਂ ਉਹਦੀ ਫਰੈਂਸਿਕ ਅਨੈਲਿਸਿਸ ਹੁੰਦੀ ਹੈ, ਉਹ ਥੋੜ੍ਹਾ ਜਿਹਾ ਫਰੈਂਸਿਕ ਵਾਲਿਆਂ ਦਾ ਕੰਮ ਹੈ ਕਿ ਉਹ ਬੁਲੇਟ ਨੂੰ ਅਸੈਸ ਕਰਦੇ ਆ, ਪੁਲਿਸ ਦੀ ਵੀ ਡਿਪਾਰਟਮੈਂਟ ਦਾ ਹੁੰਦਾ ਵੈ। ਹਾਂ ਬਸ ਉਹਨਾਂ ਨੂੰ ਨਜ਼ਰ 1 ਘੰਟੇ ਦੇ ਵਿੱਚ 1.5 ਘੰਟੇ ਦੇ ਵਿੱਚ ਪੇਸ਼ੈਂਟ ਥੋੜ੍ਹਾ ਸਟੇਬਲ ਹੋ ਜਾਣਗੇ, ਔਰ ਬਲੱਡ ਵਗੈਰਾ ਲਗਾ ਰਹੇ ਹਾਂ, ਫਲੂਇਡ ਲਗਾ ਰਹੇ ਹਾਂ, ਜਦੋਂ ਪੇਸ਼ੈਂਟ ਥੋੜ੍ਹਾ ਹੋਰ ਸਟੇਬਲ ਹੋ ਜਾਏਗਾ ਤਾਂ ਫਿਰ ਆਪਾਂ ਉਹਨਾਂ ਬਸ 1-2 ਘੰਟੇ ਦੇ ਵਿੱਚ ਦੋਨਾਂ ਨੂੰ ਆਪਰੇਸ਼ਨ ਥੀਏਟਰ 'ਚ ਲੈ ਕੇ ਜਾ ਰਹੇ ਹਾਂ। ਨਹੀਂ ਇਵੇਂ ਨਹੀਂ ਹੈ, ਮੇਨ ਤਾਂ ਜਿਹੜੇ ਹੈਗੇ ਆ ਬੁਲੇਟ ਦੇ ਹੀ ਪੀਸ ਹੈ, ਸੋਰੀ ਬੁਲੇਟ ਦੇ ਹੀ ਪੀਸ ਹੈਗੇ ਆ, ਠੀਕ ਹੈ, ਜਿਹੜੇ ਕੱਚ ਦੇ ਪੀਸ ਹੁੰਦੇ ਉਹ ਐਕਸਰੇ ਦੇ ਵਿੱਚ ਤਾਂ ਆਉਂਦੇ ਨਹੀਂ ਹੈਗੇ ਗੇ, ਕਿਉਂਕਿ ਉਹ ਰੇਡੀਓਲੋਜੀ ਹੁੰਦਾ ਤਾਂ ਉਹ ਐਕਸਰੇ ਦੇ ਵਿੱਚ ਨਹੀਂ ਆਉਂਦੇ ਗੇ, ਜਦੋਂ ਪਰ ਅਸੀਂ ਪੇਸ਼ੈਂਟ ਦੇ ਓਪਰੇਸ਼ਨ ਕਰਾਂਗੇ, ਕਿਉਂਕਿ ਉਦੋਂ ਫਿਰ ਅਸੀਂ ਦੇਖਦੇ ਹੈਗੇ ਹਾਂ ਕਿ ਕੋਈ ਹੋਰ ਜਿੰਨੇ ਵੀ ਉੱਪਰ ਕੱਚ ਦੇ ਪੀਸ ਹੁੰਦੇ ਆ, ਨੈਚੁਰਲੀ ਹੈ, ਹੁਣ ਬੁਲੇਟ ਇੰਜਰੀ ਹੈ ਉਹ ਕੱਚ ਉਹਦੇ ਥਰੂ ਗਈ ਹੈ, ਉਹ ਵੀ ਤਾਂ ਵਿੱਚ ਮਾੜਾ ਮੋਟਾ ਕੁਛ ਹੋਊਗਾ ਹੀ ਨਾਲ, ਅੰਡਰ ਉਹ ਮਤਲਬ ਨੈਚੁਰਲ ਜੀ ਚੀਜ਼ ਹੈਗੀ ਹੈ, ਬਟ ਉਹ ਐਕਸਰੇ ਦੇ ਵਿੱਚ ਨਹੀਂ ਆਉਂਦੀ ਹੈਗੀ ਗੀ, ਉਹ ਜਦੋਂ ਅਸੀਂ ਓਪਰੇਸ਼ਨ ਕਰਾਂਗੇ, ਜਦੋਂ ਉਹਨੂੰ ਅਸੀਂ ਸਾਫ਼ ਸਫਾਈ ਕਰਦੇ ਹਾਂ ਤਾਂ ਉਹਦੇ ਜਿੰਨੇ ਵੀ ਕੱਚ ਦੇ ਪੀਸ ਨਜ਼ਰ ਆਉਂਦੇ ਆ ਉਹ ਵੀ ਅਸੀਂ ਨਾਲ ਹੀ ਰਿਮੂਵ ਕਰ ਦਿੰਦੇ, ਜਿਹੜੇ ਮਤਲਬ ਰਿਮੂਵੇਬਲ ਹੁੰਦੇ ਆ। ਲੁਧਿਆਣਾ ਤੋਂ ਮਨਦੀਪ ਸਿੰਘ ਦੁੱਗਲ ਦੇ ਨਾਲ ਸਕਾਈ ਨਿਊਜ਼ ਪੰਜਾਬ।